ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਮਹਿਕਮੇ ਵਿੱਚ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਇਸੇ ਤਹਿਤ ਥਾਣਾ ਗੁਰਾਇਆਂ ਦੇ ਹੌਲਦਾਰਾਂ ਨੂੰ ਮਹਿਕਮੇ ਵਿੱਚ ਇਮਾਨਦਾਰੀ ਨਾਲ ਡਿਊਟੀ ਦੇਣ ਤੇ ASI ਬਣਾਇਆ ਗਿਆ ਹੈ। ਇਸ ਮੌਕੇ ਪ੍ਰਮੋਟ ਹੋਏ ਮੁਲਾਜ਼ਮਾਂ ਨੂੰ DSP ਫਲੋਰ ਦਵਿੰਦਰ ਅਤਰੀ ਅਤੇ SHO ਗੁਰਾਇਆ ਕੇਵਲ ਸਿੰਘ ਨੇ ਸਟਾਰ ਲਗਾਉਂਦੇ ਹੋਏ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਗੱਲ ਆਖੀ। ਗੁਰਾਇਆਂ ਵਿੱਚ 4 ਹੈੱਡ ਕਾਂਸਟੇਬਲ ਤੋਂ ASI ਪ੍ਰਮੋਟ ਕੀਤੇ ਗਏ, ਜਿਨ੍ਹਾਂ ਨੂੰ ਤਰੱਕੀ ਜਾਬ ਹੋਣ 'ਤੇ DSP ਸਾਹਿਬ ਨੇ ਉਹਨਾਂ ਦੇ ਸਟਾਰ ਲਾਏ ਅਤੇ ਉਹਨਾਂ ਨੂੰ ਵਧੀਆ ਕੰਮ ਕਰਕੇ ਦਿਖਾਉਣ ਬਾਰੇ ਹਦਾਇਤ ਦਿੱਤੀ। ਮੈਂ ਸਾਨੂੰ ਜਿਹੜਾ ਸੀਨੀਅਰ ਅਫਸਰਾਂ ਨੇ ਹੌਲਦਾਰ ਤੋਂ ਤਰੱਕੀ ਲੈ ਕੇ ASI ਬਣਾਇਆ ਅਤੇ ਅੱਜ ਸਾਡੇ ਥਾਣਾ ਗੁਰਾਇਆ ਵਿੱਚ DSP ਸਾਹਿਬ ਫਲੋਰ ਸ਼੍ਰੀ ਦਵਿੰਦਰ ਅਤਰੀ ਜੀ ਅਤੇ SHO ਸਾਹਿਬ ਗੁਰਾਇਆ ਸਰਦਾਰ ਕੇਵਲ ਸਿੰਘ ਇੰਸਪੈਕਟਰ ਜੀ ਅਤੇ ਇਹਨਾਂ ਨੇ ਸਾਡੇ ਸਟਾਰ ਲਗਾਏ ਆ ਅਤੇ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਅਤੇ ਅੱਗੇ ਤੋਂ ਅਸੀਂ ਸਹੀ ਤਰੀਕੇ ਨਾਲ ਡਿਊਟੀ ਜਿਸ ਤਰ੍ਹਾਂ ਪਹਿਲਾਂ ਕਰ ਰਹੇ ਉਸੇ ਤਰ੍ਹਾਂ ਕਰ ਰਹੇ।